ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾਹ ਫਿਲਮਸ ਨੂੰ। ਪੰਜਾਬੀ 뮤직 ਇੰਡਸਟਰੀ ਦੀ ਬਿਊਟੀਫੁਲ ਡੀਵਾ ਹਿਮਾਂਸ਼ੀ ਖੁਰਾਨਾ ਕਾਫੀ ਗਾਣਿਆਂ ਵਿੱਚ ਆਪਣੀਆਂ ਅਦਾਵਾਂ ਨਾਲ ਲੋਕਾਂ ਦੇ ਦਿਲ ਲੁੱਟ ਚੁੱਕੀ ਹੈ ਤੇ ਹੁਣ ਇਹ ਪੰਜਾਬਣ ਫੇਰ ਇੱਕ ਨਵੇਂ ਗਾਣੇ ਵਿੱਚ ਨਜ਼ਰ ਆਏਗੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਗਾਣਾ ਹਿਮਾਂਸ਼ੀ ਖੁਰਾਨਾ ਨੇ ਆਪ ਗਾਇਆ ਹੈ। ਜੀ ਹਾਂ, ਜਿੱਥੇ ਇਹ ਸੋਹਣੀ ਮੁਟਿਆਰ ਆਪਣੀਆਂ ਅਦਾਵਾਂ ਦੇ ਜਲਵੇ ਦਿਖਾਉਂਦੀ ਸੀ, ਹੁਣ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਆ ਰਹੀ ਹੈ। ਇਸ ਗਾਣੇ ਦਾ ਟਾਈਟਲ ਹੈ ਹਾਈ ਹੀਲ ਤੇ ਲਿਰਿਕਸ ਲਿਖੇ ਹੈ ਰਵ ਹਾਂਜਰਾ ਨੇ, ਨਾਲੇ 뮤직 ਹੈ ਸਨੈਪੀ ਦਾ ਤੇ ਵੀਡੀਓ ਡਾਇਰੈਕਟ ਕੀਤੀ ਹੈ ਏਵੈਕਸ ਢਿੱਲੋਂ ਨੇ। ਇਸ ਗਾਣੇ ਦੀ ਵੀਡੀਓ ਸ਼ੂਟ ਦੇ ਦੌਰਾਨ ਹਿਮਾਂਸ਼ੀ ਦੀਆਂ ਕੁਝ ਪਿਕਚਰਸ ਨੇ ਤੇ ਤੁਸੀਂ ਆਪ ਹੀ ਦੇਖ ਲਓ ਕਿ ਇਸ ਗੋਲਡਨ ਡਰੈਸ ਦੇ ਵਿੱਚ ਉਹ ਕਿੰਨੀ ਸੋਹਣੀ ਲੱਗ ਰਹੀ ਹੈ। ਇਸ ਡਰੈਸ ਨੂੰ ਡਿਜ਼ਾਈਨ ਕੀਤਾ ਹੈ ਐਲੀ ਐਂਡ ਕਿਮ ਡਿਜ਼ਾਈਨਰਸ ਨੇ ਤੇ ਹੀਲਸ ਨੇ ਨੋਸ਼ਨ ਲੰਡਨ ਦੀਆਂ। ਇਹਨਾਂ ਪਿਕਚਰਸ ਵਿੱਚ ਉਹ ਕਿਸੇ ਪਰੀ ਤੋਂ ਘੱਟ ਸੋਹਣੀ ਨਹੀਂ ਲੱਗ ਰਹੀ। ਹਿਮਾਂਸ਼ੀ ਖੁਰਾਨਾ ਨੇ ਪਲਾਜ਼ੋ ਪਾ ਕੇ ਤਾਂ ਚੰਗਾ ਫਾਇਦਾ ਚੁੱਕ ਲਿਆ, ਹੁਣ ਦੇਖਦੇ ਹਾਂ ਕਿ ਹੀਲਸ ਨਾਲ ਉਹ ਕੀ ਕਮਾਲ ਦਿਖਾਉਂਦੀ ਹੈ। ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾਹ ਫਿਲਮਸ ਨੂੰ।